ਅਸਲਾਮ ਵਾਲੇਕੁਮ ਤਮਾਮ ਦੋਸਤਾਂ ਕੋ ਤੁਹਾਡੇ ਆਪਣੇ ਚੈਨਲ ਏਅਰ ਟਰੈਕਟਰ 'ਤੇ ਵੈਲਕਮ ਆਦੇ ਹਾਂ। ਉਮੀਦ ਕਰਦੇ ਹਾਂ ਸਾਡੇ ਸਾਰੇ ਸੱਜਣ ਦੋਸਤ ਭਰਾ ਬਿਲਕੁਲ ਠੀਕ ਹੋ ਸਨ, ਖੈਰ ਖਰੀਅਤ ਨਾਲ ਹੋ ਸਨ। ਅਤੇ ਅੱਜ ਆਪਣੇ ਸੱਜਣਾ ਦੋਸਤਾਂ ਵਾਸਤੇ ਗਿਣ ਕੇ ਆਏ ਹਾਂ ਬਿਲਾਰਸ 510 ਮਾਡਲ ਜੀ ਟਰੈਕਟਰ ਦਾ 2017 ਅਤੇ ਕੰਡੀਸ਼ਨ ਤਾਂ ਉਹ ਮੁਕੰਮਲ ਲਿਖਿਆ ਸੂ ਦੋਸਤਾਂ ਕੋ ਦੇਖ ਸਕਦੇ ਹੋ ਅਸੈਂਬਲੀ ਦੇ ਉੱਤੇ ਤੁਹਾਨੂੰ 17 ਮਾਡਲ ਲਿਖਿਆ ਹੋਇਆ ਮਿਲਦਾ ਪਏ ਹਾਈਡ੍ਰੋਲਿਕ ਅਸੈਂਬਲੀ ਦੇ ਉੱਤੇ। ਅਤੇ ਬਾਕੀ ਤੁਹਾਨੂੰ ਕੰਡੀਸ਼ਨ ਦਿਖਾ ਰਹੇ ਨੇ ਟਰੈਕਟਰ ਦਾ, ਜੇ ਤੁਸੀਂ ਰਿਮ ਚੈੱਕ ਕਰ ਸਕਦੇ ਹੋ। ਟਾਇਰ ਤਕਰੀਬਨ ਕੱਢੀ ਦੇ 5-6 ਆਨੇ ਮੌਜੂਦ ਹਨ, ਰਿਮ ਮਾਸ਼ਾਅੱਲਾ ਬੇਦਾਗ ਹਨ, ਕਿਨੋਂ ਕੋਈ ਵੈਲਡ ਵਗੈਰਾ ਕੋਈ ਨਹੀਂ, ਕਰੈਕ ਕੋਈ ਨਹੀਂ, ਕੜੇ ਵਗੈਰਾ ਜੈਨੂਅਨ ਹਨ। ਐਕਸਲ 2 ਦਾ ਜੈਨੂਅਨ ਖੜੋਤਾ ਟਰੈਕਟਰ। ਫਰੰਟ ਰਿਮ ਚੈੱਕ ਕਰ ਸਕਦੇ ਹੋ, ਇਹਦਾ ਕਲਰ ਵੀ ਥੋੜ੍ਹਾ ਸੋਹਣੇ, ਅਤੇ ਟਾਇਰ ਫਰੰਟ ਵੀ ਤਕਰੀਬਨ 5-6 ਆਨੇ ਮੌਜੂਦ ਹਨ। ਅਤੇ ਬਾਕੀ ਤੁਹਾਨੂੰ ਇਨਸ਼ਾਅੱਲਾ ਸਾਰਾ ਰਿਵਿਊ ਕਰਵਾਉਂਦੇ ਹਾਂ, ਦਿਖਾਉਂਦੇ ਹਾਂ ਇੱਕ ਇੱਕ ਚੀਜ਼ ਆਪਣੇ ਦੋਸਤਾਂ ਸੱਜਣਾਂ ਕੋਲ। ਫਰੰਟ ਤੋਂ ਤੁਸੀਂ ਇਹਦਾ ਦੇਖ ਸਕਦੇ ਹੋ ਰਿਵਿਊ, ਅਗੋ ਫਰੰਟ 'ਚ ਜਾਲੀ ਵਗੈਰਾ ਚੈੱਕ ਕਰ ਸਕਦੇ ਹੋ, ਲਾਈਟਾਂ ਦੇ ਡੈਕੋਰੇਸ਼ਨ ਵਗੈਰਾ ਥਈ ਹੋਈ ਮਾਸ਼ਾਅੱਲਾ ਬੜੀ ਪਿਆਰੀ। ਅਤੇ ਦੂਸਰੀ ਸਾਈਡ ਦਾ ਰਿਵਿਊ ਤੁਹਾਨੂੰ ਦਿਖਾਉਂਦੇ ਪਏ ਮਾਸ਼ਾਅੱਲਾ, ਇਹ ਚੈੱਕ ਕਰ ਸਕਦੇ ਹੋ। ਕਲਰ ਸ਼ੋਅ ਦਾ ਚੈੱਕ ਕਰ ਸਕਦੇ ਹੋ, ਬਲੈਕ ਦਾ ਕਲਰ, ਸੁਥਰਾ ਸਾਫ ਟਰੈਕਟਰ ਹੈ, ਬੇਦਾਗ ਟਰੈਕਟਰ ਹੈ। ਬੰਪਰ ਵਗੈਰਾ ਕੋਈ ਨਹੀਂ, ਫਰੰਟ ਬਲੇਡ ਲਗਾਓ, ਇਹ ਮਾਲਕ ਉਤਾਰ ਗਿਣ ਸਨ। ਅਤੇ ਇਹ ਦੂਸਰੀ ਸਾਈਡ ਦਾ ਰਿਮ ਚੈੱਕ ਕਰ ਸਕਦੇ ਹੋ, ਟਾਇਰਸ ਮਤਲਬ ਇਹ ਵੀ ਉਵੇਂ ਸੇਮ ਹੀ 5-6 ਆਨੇ ਮੌਜੂਦ ਹਨ। ਅਤੇ ਬਾਕੀ ਹੈਦਰਾਬਾਦ ਸਿੰਧੀ ਲੋਕੇਸ਼ਨ ਵਿੱਚ ਖੜੋਤਾ ਇਹ ਟਰੈਕਟਰ, ਅਤੇ ਡਿਮਾਂਡ ਜੀ ਇਹਦੀ ਮਾਲਕ ਕਰਦੇ ਪੈਣ 20 ਲੱਖ। ਜਿਸ ਦੋਸਤ ਸੱਜਣ ਕੋ ਚਾਹੀਦਾ ਹੋਵੇ, ਅਸਾਂ ਵੀਡੀਓ ਦਾ ਵੀ ਨੰਬਰ ਦੇ ਦੇ, ਸਾਰਾ ਨਾਲ ਰਾਬਤਾ ਕਰ ਸਕਦੇ ਵੇ, ਅਤੇ ਮਾਲਕਾਂ ਦਾ ਨੰਬਰ ਦੇ ਦੇ, ਉਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਵੇ। ਅਤੇ 20 ਲੱਖ 'ਚ ਮਜ਼ੀਦ ਮੌਕੇ 'ਤੇ ਕਮੀ ਪੇਸ਼ੀ ਵੀ ਹੋ ਸਕਦੀ ਹੈ, ਇਹ ਵੀ ਉਹਨਾਂ ਦਾ ਆਖੋਣੇ। ਬਾਕੀ ਤੁਸੀਂ ਫਰੰਟ ਵੀਲ ਦਾ ਇਹਦਾ ਰਿਮ ਚੈੱਕ ਕਰ ਸਕਦੇ ਹੋ, ਦੂਸਰੀ ਸਾਈਡ ਦਾ ਟਾਇਰ ਚੈੱਕ ਕਰ ਸਕਦੇ ਵੇ, ਹਾਊਸਿੰਗ ਚੈੱਕ ਕਰ ਸਕਦੇ ਵੇ। 17 ਮਾਡਲ ਦੀ ਜੈਨੂਅਨ ਹਾਊਸਿੰਗ ਖੜੋਤੀ ਹੈ, ਹਾਂਡਾ ਜੈਨੂਅਨ ਖੜੋਤੇ, ਗੇਅਰ ਬਕਸਾ ਓਕੇ ਖੜੋਤੇ, ਕੋਈ ਮਸਲਾ ਮਸਾਇਲ ਗੇਅਰ ਬਕਸੇ 'ਚ, ਹਾਊਸਿੰਗ 'ਚ, ਹਾਂਡਾ 'ਚ ਕੋਈ ਨਹੀਂ। ਬਾਕੀ ਬੈਕ ਸਾਈਡ ਤੁਹਾਡੇ ਸਾਹਮਣੇ ਗੱਡੀ ਦੀ ਚੈੱਕ ਕਰ ਸਕਦੇ ਵੇ। ਅਤੇ ਇੱਕ ਮਿਹਰਬਾਨੀ ਕੀਤੀ ਕਰੋ ਨਵੇਂ ਆਉਣ ਵਿਊਅਰ ਨੂੰ, ਫਿਰ ਰਿਕੁਐਸਟ ਹੁੰਦੀ ਹੈ ਕਿ ਮਿਹਰਬਾਨੀ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸੋ ਵੀਡੀਓ ਕੋ ਅੱਛੀ ਲੱਗੇ ਤਾਂ ਲਾਈਕ ਕੀਤਾ ਕਰੋ, ਅੱਛੇ ਅੱਛੇ ਕਮੈਂਟਸ ਕੀਤਾ ਕਰੋ, ਮਿਹਰਬਾਨੀ ਕੀਤੀ ਕਰੋ, ਸਾਨੂੰ ਤਾਮਨ ਕੀਤਾ ਕਰੋ। ਇਨਸ਼ਾਅੱਲਾ ਜਲਦ ਨਵੀਂ ਵੀਡੀਓ 'ਚ ਮੁਲਾਕਾਤ ਹੋ ਸੀ, ਉਸ ਟਾਈਮ ਤੱਕ ਆਪਣੇ ਸੱਜਣ ਕੋਲ ਇਜਾਜ਼ਤ, ਅੱਲਾ ਹਾਫਿਜ਼।